सारा कुछ बाहर लेके जा रहे हो सारा जे हां जी डीवीआर लेके जा रहे हैं सारे बंदे पहचान करेंगे जी कौन कौन सर थोड़ा बिलीव कर दो सर अंदर ही अंदर भी मारन आए गड्डी गुड्डी बेची होनी ये प्रिंकल जिहड़ा हैगा ये 3 नंबर एरिया दे विच है इहदा एक शॉप है जिथे ये अपनी शॉप ते हाजिर सी इहदे दसण मुताबिक है भी बैनीपाल रिशभ बैनीपाल ते नाल उहदा सौहरा ते होर जिहड़े 3-4 लोग जिन्हां ने आके मेरे ते फायरिंग कीती ते उहदे विच मेरे जिहड़े इंजर्ड होए आ ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਘੜੀ ਠੀਕ ਠਾਕ ਬੋਲਦਾ ਆਪਣੀ ਸਾਰੀ ਸਟੇਟਮੈਂਟ ਦੱਸਦਾ ਸਾਰੇ ਹਾਲਾਤਾਂ ਬਾਰੇ ਦੱਸ ਰਿਹਾ ਤਾਂ ਹੁਣ ਮੇ ਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਅਤੇ ਇਹਦਾ ਬੈਟਰ ਟ੍ਰੀਟਮੈਂਟ ਲਈ ਇਹਦੇ 3-4 ਗੋਲੀਆਂ ਲੱਗੀਆਂ ਬਟ ਜੋ ਇਹਦੇ ਦੱਸਣ ਮੁਤਾਬਿਕ ਹੈ ਵੀ ਵਜ੍ਹਾ ਰੰਜਿਸ਼ ਕੀ ਹੈ ਵਿੱਚ ਇਹ ਕਿਉਂ ਹੋਇਆ ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਅਤੇ ਘਰੇਲੂ ਹੈ ਜਿਹੜਾ ਕਿ ਪਰਿਵਾਰਿਕ ਤੌਰ 'ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ ਜਿਹੜੀ ਕਿ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਆ ਜਿਸ ਬੰਦੇ ਦਾ ਬੈਨੀਪਾਲ ਦਾ ਨਾਮ ਲੈ ਰਿਹਾ ਜੋ ਇਹਦੇ ਇਨਲੋਸ ਦਾ ਬਹੁਤ ਨੇੜੇ ਦਾ ਅਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋਂ ਉਸ ਲੇਡੀ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ ਆਪਸ 'ਚ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ ਸਰ ਨੰਨੂ ਗੈਂਗਸਟਰ ਦਾ ਇੱਕ ਨਾਮ ਆ ਰਿਹਾ ਵਿੱਚ ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ ਬੈਨੀਪਾਲ ਰਿਸ਼ਭ ਬੈਨੀਪਾਲ ਏਲੀਅਸ ਨੰਨੂ ਉਹਦੇ ਸਹੁਰਾ ਪਰਿਵਾਰ ਨਾਲ ਬਹੁਤ ਪਿਆਰ ਹੈ ਅਤੇ ਜੋ ਕਿ ਸਹੁਰੇ ਪਰਿਵਾਰ ਦੀ ਵਿਸ਼ ਤੋਂ ਬਾਹਰ ਹੋ ਕੇ ਇਹਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚਾਹੁੰਦਾ ਸੀ ਅਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ੍ਹਾ ਰੰਜਿਸ਼ ਹੈ ਕੁਛ ਦਿਨ ਤੋਂ ਇਹਨਾਂ ਦਾ ਆਪਸ 'ਚ ਟੈਲੀਫੋਨ ਨਿਕਲੀ ਅਤੇ ਵੀਡੀਓ ਚੈਟ 'ਤੇ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ ਉਹਨੇ ਵੀ ਇਹਨੂੰ ਗਾਲਾਂ ਕੱਢੀਆਂ ਇਹਨੇ ਵੀ ਉਹਨੂੰ ਕੱਢੀਆਂ ਅਤੇ ਅੱਜ ਜੋ ਇਹਨੇ ਦੱਸਿਆ ਵੀ ਮੈਂ ਦੁਕਾਨ 'ਤੇ ਸੀ ਅਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ 'ਤੇ ਫਾਇਰਿੰਗ ਕੀਤੀ ਉਹਦੇ ਵਿੱਚ ਇਹਨੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ ਇਹਨੇ ਵੀ ਉਦੋਂ ਜਿਹੜੀ ਜੋਬੀ ਫਾਇਰ 'ਚ ਫਾਇਰ ਕੀਤੇ 5-6 ਅਤੇ ਉਹਦੇ ਇਹ ਦੱਸਣ ਮਤਲਬ ਕਿ ਉਹਨਾਂ 'ਚੋਂ ਵੀ ਸ਼ਾਇਦ ਮੇ ਵੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ ਅਤੇ ਇਹ ਹੁਣ ਇੱਥੇ ਜੇਰੇ ਇਲਾਜ ਹੈ ਸਟੇਟਮੈਂਟ ਲਿਖ ਲਈ ਹੈ ਬਾਏ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ ਦੇ ਪਰਚਾ ਦਰਜ ਕਰ ਲਿਆ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਾਂ ਇੱਕ ਜਿਹੜਾ ਇੱਕ ਇਹ ਇੰਜਰਡ ਇੱਕ ਨਾਲ ਹੋ ਰਹੀ ਇਹਦੇ ਤਕਰੀਬਨ 3 ਜਾਂ 4 ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਸੀ ਟਾਈਡ ਏਰੀਆ ਸੀਗਾ ਉੱਥੋਂ ਭੱਜਣ 'ਚ ਜਿਹੜੇ ਹੈਗੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਕਾਫੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਉਹ ਬੰਦੇ ਇਹਦੀ ਦੁਕਾਨ 'ਤੇ ਆਏ ਵਿਦਿਨ ਆਵਰ ਸੈਕਿੰਡ ਜਿਹੜਾ ਫਾਇਰ ਕੀਤਾ ਔਰ ਇਮੀਡੀਏਟਲੀ ਇਹਨੇ ਅੱਗੇ ਰਿਵਰਟ ਬੈਕ ਉਹਦੇ ਫਾਇਰ ਕੀਤਾ ਆਪਣੇ ਲਾਇਸੈਂਸੀ ਵੈਪਨ ਦੇ ਨਾਲ ਅਤੇ ਉਹ ਤੋਂ ਬਾਅਦ ਉੱਥੋਂ ਭੱਜ ਗਏ ਸੀਸੀਟੀਵੀ
तीन तो चार आदमी दसन मुताबिक है भी अंदर दो आए बाकी एक दो हो डॉक्टर साहब के दसन मुताबिक है हूँ हजे गल कर रहे बट ए जो सिटी स्कैन वगैरह करा रहे हैं तो फिर उस बाद डॉक्टर साहब अगर फरदर सू दस सीसीटीवी वगैरह से फुटेज ले ली है और ये ने खुद बाय नेम जो मुकदमा दर्ज कराया और सारे बंद पछाणता तुम मैं पहलों भी दस के हटा भी यदा परिवारिक रौला है वाइफ जी ये हमने थोड़ी देर पहलों मैरिज हुई सी उस तो बाद वाइफ किसी तरह नाल घरेलू प्रॉब्लम करके जी वाइफ है तो डायवोर्स लै रही वो पेके घर चले गई है वापस तो वो जोड़ा कारण है वो ये बैनीपाल जोड़ा नन्नू है उही है तो यही इन्हों की वजह रंजिश देखो उन्हें तीन तीन तो चार बंदे दसे हैं तो जेडे असी हूँ स्टेटमेंट लिख के बाय नेम जो मुकदमा दर्ज कर रहे हैं।